ਹਾਂਜੀ ਮਿੱਤਰੋ, ਕੀ ਹਾਲ ਹੈ ਜੀ? ਅੱਜ ਅਸੀਂ ਆਏ ਹਾਂ ਲੁਧਿਆਣਾ ਦੇਸੀ ਗਰਾਊਂਡ ਦੇ ਵਿੱਚ ਡੋਟ ਸਤਾਣ ਦੇ ਲਈ, ਅਤੇ ਕਾਫੀ ਦੇਰ ਬਾਅਦ 'ਚੋਂ ਸਤਾਣ ਲਈ ਆਏ ਹਾਂ। ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ, ਆਪਾਂ ਲਈ ਇੱਕ ਰੀਲ ਹਲੇ ਜਿਹਦੇ ਵਿੱਚ ਕਹਿੰਦੇ ਦੋ ਨੜੇ ਹੁੰਦੇ ਆ, ਅਤੇ ਉਹ ਰੀਲ ਪਈ ਆ ਸਾਨੂੰ 250 ਦੀ, ਠੀਕ ਹੈ? ਅਤੇ 150 ਰੁਪਏ ਨੜਾ ਇਹ ਸਤਾਣ ਦਾ ਲੈ ਰਹੇ ਨੇ, ਮਤਲਬ ਕਿ ਦੋ ਨੜੇ ਦੇ ਹਿਸਾਬ ਨਾਲ 300 ਰੁਪਏ ਹੋ ਗਏ, ਅਤੇ ਸਾਨੂੰ 550 ਰੁਪਏ ਪੈਣਾ ਆ। ਜੇ ਆਪਾਂ ਚਰਖੜੀ ਆਪਣੀ ਲੈ ਕੇ ਆਈਏ ਤਾਂ ਫਿਰ 550 ਦਾ ਪੈਣਾ, ਨਹੀਂ ਤਾਂ ਚਰਖੜੀ ਇਹਨਾਂ ਕੋਲੋਂ ਲੈਣੀ ਪੈਣੀ ਹੈ ਜਿਹੜੀ 150 ਦੀ ਹੋਣੀ ਆ ਘੱਟੋ ਘੱਟ। ਅਤੇ ਅਸੀਂ ਅੱਜ ਜਿਹੜੀ ਡੋਰ ਸਤਾਰ ਹੈ ਆਪਣੀਆਂ ਵਾਈਟ ਕਲਰ ਦੀ ਲੱਗੀ ਹੋਈ ਨੀਚੇ, ਠੀਕ ਹੈ? ਆਹ ਵਾਈਟ ਕਲਰ ਦੀ ਆਪਣੀ ਲੱਗੀ ਹੋਈ, ਇਹ ਸੁੱਤੂ ਕੇ ਥੋੜ੍ਹੀ ਦੇਰ ਤੱਕ ਬੰਨ੍ਹ ਦਿੱਤੀ ਹੈ ਇਹਨਾਂ ਨੇ, ਥੋੜ੍ਹੀ ਜਿੱਦਾਂ ਇਹਦਾ ਸੁੱਤੂ ਕੇ ਤੁਹਾਨੂੰ ਦਿਖਾਵਾਂਗੇ ਵੀ। ਅਤੇ ਅੱਜ ਦਾ ਡੇਟ ਦੱਸ ਰਿਹਾ ਤੁਹਾਨੂੰ ਮੈਂ, ਹੋ ਸਕਦਾ ਟਾਈਮ ਦੇ ਸਾਹਮਣੇ ਜਿੱਦਾਂ ਲੋਹੜੀ ਦੇ ਨੇੜੇ ਨੇੜੇ ਜਾਈਏ ਨਾ ਅਸੀਂ, ਅੱਜ ਹੋ ਗਿਆ 25 ਦਸੰਬਰ 2023, ਹੋ ਸਕਦਾ ਲੋਹੜੀ ਤੋਂ ਕੁਝ ਦਿਨ ਪਹਿਲਾਂ ਰੇਟ ਵੱਧ ਘੱਟ ਵੀ ਜਾਵੇ ਰੀਲ ਦਾ ਵੀ ਅਤੇ ਸੂਤਣ ਦਾ ਵੀ। ਅਤੇ ਮੈਂ ਤੁਹਾਨੂੰ ਇਸ ਲਈ ਅੱਜ ਦਾ ਰੇਟ ਦੱਸ ਰਿਹਾ, ਅੱਜ ਸਾਨੂੰ ਇਹ 250 ਦੀ ਰੀਲ ਪਈ ਆ, ਅਤੇ 150 ਰੁਪਏ ਨੜਾ ਦੇ ਹਿਸਾਬ ਨਾਲ 300 ਰੁਪਏ ਸਾਡਾ ਉਹਦਾ ਲੱਗਣਾ ਹੈ। ਅਤੇ ਚਰੱਖੀ ਮੈਂ ਆਪਣੀ ਲੈ ਕੇ ਆਇਆ, ਅਤੇ ਇਸ ਲਈ ਸਾਨੂੰ ਚਰੱਖੀ ਦੇ ਪੈਸੇ ਨਹੀਂ ਪੈਣੇ, ਥੋੜ੍ਹੀ ਬੱਚਤ ਕੀਤੀ ਅਸੀਂ ਅੱਜ, ਠੀਕ ਹੈ? ਸਾਡੇ ਕੋਲ ਪੁਰਾਣੀ ਚਰੱਖੜੀ ਪਈ ਸੀਗੀ ਲੱਕੜ ਦੀ, ਕਹਿੰਦੇ ਲੱਕੜ ਦੀ ਤਾਂ ਉੱਤੇ ਲਪੇਟਣਾ ਚਾਹੀਦਾ, ਉਹਨਾਂ ਨਾਲ ਡੋਰ ਸੁੱਕ ਜਾਂਦੀ ਹੈ ਛੇਤੀ, ਲੋਹੇ ਦੀ ਤਾਂ ਡੋਰ ਸੁੱਕਦੀ ਨਹੀਂ ਹੈਗੀ, ਇਸ ਲਈ ਲੱਕੜ ਦੀ ਲੈ ਗਏ ਹਾਂ। ਪੁਰਾਣੀ ਪਈ ਸੀਗੀ ਇੱਕ, ਪਰ ਸਹੀ ਕੰਡੀਸ਼ਨ 'ਚ ਸੀਗੀ, ਇਸ ਲਈ ਉੱਤੇ ਹੀ ਬਣਾਵਾਂਗੇ। ਸਾਨੂੰ ਇਹਨਾਂ ਨੇ ਡੋਰ ਸਤਾਉਣ ਲਈ ਘੱਟੋ ਘੱਟ 2-2.5 ਘੰਟੇ ਦਾ ਟਾਈਮ ਦਿੱਤਾ ਇਹਦਾ, ਕਿਉਂਕਿ ਪਹਿਲਾਂ ਲੱਗੇ ਹੋਏ ਸੀ ਬੰਦੇ, ਅਤੇ ਉਹਨਾਂ ਨੂੰ ਪਹਿਲਾਂ ਕੰਪਲੀਟ ਕਰੂਗੇ ਫਿਰ ਸਾਡੀ ਵਾਰੀ ਹੋਊਗੀ। ਸਾਡੀ ਡੋਰ ਬੰਨ ਜ਼ਰੂਰ ਦਿੱਤੀ ਇਹਨਾਂ ਨੇ ਆਹ, ਪਰ ਥੋੜ੍ਹਾ ਟਾਈਮ ਲੱਗੂਗਾ ਹਾਲੇ, ਬਾਕੀ ਦੇਖਦੇ ਹਾਂ। ਬਾਕੀ ਟੈਸਟ ਜ਼ਰੂਰ ਕਰਾਂਗੇ, ਟੈਸਟ ਕਰਨ ਤੋਂ ਬਾਅਦ ਤੁਹਾਨੂੰ ਰਿਜ਼ਲਟ ਵੀ ਦੇਵਾਂਗੇ ਕਿ ਕਿਹੋ ਜੀ ਮਤਲਬ ਡੋਰ ਆ, ਕਿਉਂਕਿ ਕਾਫੀ ਦੇਰ ਬਾਅਦ ਬਣਾਉਣ ਲੱਗੇ ਹਾਂ ਨਾਲ ਅਸੀਂ। ਚਲੋ ਬਾਕੀ ਅੱਗੇ ਦੇਖਦੇ ਹਾਂ ਕਿੱਦਾਂ ਸੁੱਕਦੇ ਨੇ। ਅੰਕਲ ਜੀ ਕਿਸੇ ਹੋਰ ਦੀ ਡੋਲ ਲਪੇਟਦੇ ਪਏ ਆ, ਕਿਸੇ ਨੇ ਸਤਵਾਈ ਹੋਣੀ ਆ, ਇਹ ਉਹਨਾਂ ਦੀ ਡੋਲ ਲਪੇਟਦੇ, ਕਿਉਂਕਿ ਇਹ ਸੂਤ ਕੇ ਨਾ ਆਪੇ ਬਾਅਦ ਦੇ ਵਿੱਚ ਲਪੇਟਦੇ ਵੀ ਆ, ਹੱਥ ਨਾਲ ਲਪੇਟ ਦਿੰਦੇ ਆ ਸਾਰੀ ਡੋਰ। ਅਤੇ ਅਸੀਂ ਵੀ ਡੋਰ ਸਤਾਣੀ ਆਪਣੀ ਜਿਹੜੀ, ਉਹ ਵੀ ਇੱਦਾਂ ਹੀ ਇਹਨਾਂ ਨੇ ਸੈੱਟ ਕਰਨੀ ਆ ਬਾਅਦ ਦੇ ਵਿੱਚ। ਇੱਧਰ ਮਾਂਝਾ ਲਾ ਰਹੇ ਨੇ ਅੰਕਲ ਜੀ, ਅਤੇ ਨਾਲ ਹੀ ਇੱਧਰ ਜਿਹੜੀ ਡੋਰ ਹੋ ਗਈ ਨਾ ਆਪਣੀ, ਜਿਹੜੀ ਡੋਰ ਹੋ ਗਈ ਆ ਡਾਰਕ ਜਿਹੜਾ ਫਰੋਜੀ ਜਿਹਾ ਰੰਗ ਆ ਨਾ, ਇਸ ਰੰਗ ਦੀ ਹੋ ਗਈ, ਤੁਹਾਨੂੰ ਕੋਲ ਲਿਜਾ ਕੇ ਦਿਖਾ ਦਿੰਦਾ ਇੱਕ ਵਾਰੀ ਮੈਂ। ਇਹ ਡਾਰਕ ਫਰੋਜੀ ਰੰਗ ਹੋਊਗਾ, ਪਤਾ ਕਿਉਂ? ਕਿਉਂਕਿ ਜਿਹੜੀ ਲਾਈਟ ਕਲਰ ਹੁੰਦਾ ਨਾ, ਲਾਈਟ ਕਲਰ ਧੁੱਪ ਦੇ ਵਿੱਚ ਸ਼ਾਈਨ ਬੜਾ ਕਰਨ ਲੱਗ ਜਾਂਦਾ ਹੈ, ਡਾਰਕ ਕਲਰ ਸ਼ਾਈਨ ਨਹੀਂ ਕਰਦਾ ਹੁੰਦਾ, ਇਸ ਲਈ ਪਤਾ ਨਹੀਂ ਲੱਗਦਾ ਡਾਰਕ ਰੰਗ ਦਾ। ਦੇਖੋ ਜਿੱਦਾਂ ਉਹ ਧੁੱਪ ਦੇ ਵਿੱਚ ਸ਼ਾਈਨ ਕਰਦੇ ਪਏ ਨਾ, ਅਲੱਗ ਸਾਰੇ ਰੰਗ, ਵਾਈਟ ਕਲਰ ਤਾਂ ਅਲੱਗ ਹੀ ਦਿਖਦਾ ਹੁੰਦਾ ਅਸਮਾਨ 'ਚ ਚਮਕਦਾ, ਜਿੱਦਾਂ ਤੁਹਾਨੂੰ ਦੇਖ ਰਿਹਾ ਸੰਤਰੀ ਵੀ ਦਿਖਦਾ ਪਿਆ, ਲਾਈਟ ਕਲਰ ਤੁਹਾਨੂੰ ਸਾਰੇ ਦਿਖੇ ਆਣੇ ਆ ਅਸਮਾਨ 'ਚ ਬੜੀ ਆਸਾਨੀ ਨਾਲ, ਡਾਰਕ ਕਲਰ ਨਹੀਂ ਦਿਖੂਗਾ, ਇਸ ਲਈ ਥੋੜ੍ਹਾ ਜਿਹਾ ਡਾਰਕ ਕਲਰ ਕਰਾਇਆ ਸੀ। ਅਤੇ ਹੁਣ ਵਾਰੀ ਆਈ ਆ ਸਾਡੀ ਆਪਣੀ ਡੋਰ ਦੀ, ਆ ਸਾਡੀ ਡੋਰ ਲਾਈ ਹੋਈ ਇਹਨਾਂ ਨੇ, ਹੁਣ ਪਹਿਲਾਂ ਇਹਨਾਂ ਨੇ ਇੱਥੇ ਕਲਰ ਕਰਨਾ, ਇਹਨਾਂ ਨੂੰ ਕਲਰ ਵੀ ਕਰਨਾ ਆ, ਅਤੇ ਉਹ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਪੇਸਟ ਜੀ ਬਣਾ ਕੇ ਰੱਖੀ ਹੁੰਦੀ ਆ ਆਰ ਰੋਡ ਦੀ, ਉਹ ਵੀ ਲਾਉਣੀ ਇਹਨਾਂ ਨੇ, ਗਲੂ ਟਾਈਪ ਕੰਮ ਕਰ ਦਿੰਦੀ ਉਹ ਥੋੜ੍ਹਾ ਜਿਹਾ। ਅਤੇ ਸਿੰਗਲ ਸਿੰਗਲ ਡੋਰ ਨੂੰ ਕਰਨਾ ਨੇ, ਕਿਉਂਕਿ ਇਹਨਾਂ ਹੀ ਥੋੜ੍ਹੀ ਜਿਹੀ ਨਾ ਪਰਫੈਕਸ਼ਨਿਸਟ ਕੰਮ ਹੋ ਜਾਂਦਾ ਥੋੜ੍ਹਾ, ਇੱਕ ਕਰਕੇ ਸਾਰੀਆਂ ਡੋਰਾਂ ਨੂੰ ਲਪੇਟ ਦੇਣਾ ਇਹਨਾਂ ਨੇ, ਦੇਖਿਓ ਫਿਰ ਗੋਲ ਜਿਹਾ ਕਰਕੇ ਜਿੱਦਾਂ ਦੂਜੀ ਬੰਨੀ ਹੋਈ ਨਾ ਕੋਲ, ਇੱਦਾਂ ਬੰਨ ਕੇ ਰੱਖ ਦੇਣੀ ਇਹਨਾਂ ਨੇ ਵੀ। ਅਤੇ ਫਿਰ ਬਾਅਦ ਦੇ ਵਿੱਚ ਇਹਨੂੰ ਰੰਗ ਲਾਉਣਗੇ, ਡਾਰਕ ਕਰਨਗੇ, ਫਿਰ ਉਸ ਤੋਂ ਬਾਅਦ 'ਚੋਂ ਮਾਂਝਾ ਲਾਉਣਗੇ ਐਂਡ 'ਤੇ, ਬੜਾ ਤੇਜ਼ ਮਾਂਝਾ ਲਾਉਣਾ। ਬਾਕੀ ਇਹ ਜਿਹੜੀ ਵੀਡੀਓ ਆ, ਅਤੇ ਇਹ ਤੋਂ ਬਾਅਦ ਇਹਨੂੰ ਟੈਸਟ ਵੀ ਕਰਾਂਗੇ, ਅਤੇ ਟੈਸਟ ਕਰਨ ਦੀ ਵੀ ਵੀਡੀਓ ਪਾਵਾਂਗੇ ਅਸੀਂ। ਦੇਖੋ ਕਿੰਨੀ ਮਿਹਨਤ ਆ ਇਸ ਕੰਮ ਦੇ ਵਿੱਚ, ਨੋਰਮਲੀ ਦੇਖੋ ਇਹਨਾਂ ਦਾ ਤਾਂ ਕੰਮ ਆ, ਅਤੇ ਅਸੀਂ ਤੁਹਾਨੂੰ ਦੱਸਿਆ 250 ਦੀ ਰੀਲ ਲਈ ਆ, ਜਿਹ 'ਚ ਦੋ ਨੜੇ ਆ, ਅਤੇ ਬਾਕੀ ਆਹ ਹੈ 150 ਰੁਪਏ 27 ਆ ਨੜੇ ਦੀ, ਅਤੇ 300 ਉਹ ਸਾਡਾ ਅਲੱਗ ਤੋਂ ਲੱਗਣਾ 550। ਜੇ ਤੁਸੀਂ ਚਰੱਖੜੀ ਲੈਣੀ ਆ, ਅਤੇ ਚਰੱਖੜੀ ਜਿਹੜੀ ਆ ਉਹ ਤੁਹਾਨੂੰ ਅਲੱਗ ਪੈਸੇ ਦੇਣੇ ਪੈਣੇ ਚਰੱਖੜੀ ਦੇ, ਨਹੀਂ ਤਾਂ ਆਪਣੀ ਵੀ ਲੈ ਕੇ ਆ ਸਕਦੇ ਆ ਤੁਸੀਂ, ਲੱਕੜ ਦੀ ਲੈ ਲਓ ਜੇ ਤੁਹਾਡਾ ਮਨ ਹੈਗਾ ਨਾ, ਲੱਕੜ ਦੀ ਲੈ ਲਓ ਤਾਂ ਜ਼ਿਆਦਾ ਵਧੀਆ ਹੈ ਸਤਾਈ ਹੋਈ ਡੋਰ ਨੂੰ ਲਪੇਟਣ ਲਈ, ਕਿਉਂਕਿ ਲੱਕੜ ਦੀ ਤਾਂ ਡੋਰ ਛੇਤੀ ਸੁੱਕ ਜਾਂਦੀ ਹੈ, ਲੋਹੇ ਦੀ ਤਾਂ ਨਾ ਸੁੱਕਦੀ ਨਹੀਂ ਡੋਰ, ਅਤੇ ਚਿਪਕਣ ਲੱਗ ਜਾਂਦੀ ਆਪਸ ਦੇ ਵਿੱਚ। ਅਤੇ ਕਿਉਂਕਿ ਅਸੀਂ ਵੀ ਆਏ ਸੀ, ਸਾਡੇ ਕੋਲ ਸੀਗੀ ਲੱਕੜ ਦੀ ਚਰੱਖੜੀ, ਇਸ ਲਈ ਅਸੀਂ ਨਾਲ ਲੈ ਕੇ ਆਏ ਸੀਗੇ। ਅਤੇ ਹੁਣ ਅੰਕਲ ਜੀ ਕਲਰ ਕਰਨਗੇ ਇਹਦੇ 'ਤੇ, ਅਤੇ ਦੇਖੋ ਤੁਸੀਂ ਦੇਖ ਰਹੇ ਹੋ ਪਹਿਲਾਂ ਇੱਕ ਵਾਰੀ ਕਲਰ ਫੇਰ ਲੈਣਗੇ, ਉਹਨਾਂ ਥੋੜ੍ਹਾ ਸਕਾਈ ਕਲਰ ਹੋ ਜਾਏਗਾ ਡੋਰ ਦਾ, ਅਤੇ ਦੁਬਾਰਾ ਫੇਰਨਗੇ ਫਿਰ ਥੋੜ੍ਹਾ ਜਿਹਾ ਡਾਰਕ ਹੋ ਜਾਏਗਾ ਕਲਰ, ਫਰੋਜੀ ਜਿਹਾ ਰੰਗ, ਇਹ ਜ਼ਿਆਦਾ ਵਧੀਆ ਹੋਊਗਾ। ਦੇਖੋ ਇਹ ਇੱਦਾਂ ਹੀ ਲੈ ਕੇ ਜਾਣਗੇ,
ਇੱਕ ਵਾਰੀ ਫੇਰਦੇ ਜਾਣਗੇ, ਫਿਰ ਦੁਬਾਰਾ ਫੇਰਦੇ ਆਉਣਗੇ, ਉਹਨਾਂ ਥੋੜ੍ਹਾ ਡਾਰਕ ਕਲਰ ਹੋ ਜੂਗਾ ਜਿਵੇਂ ਤੁਹਾਨੂੰ ਦਿਖ ਰਿਹਾ ਨਾ। ਦੇਖੋ ਸਾਰੇ ਨਾਲੋਂ ਥੋੜ੍ਹਾ ਜ਼ਿਆਦਾ ਡਾਰਕ ਇਹੀ ਲੱਗਦਾ ਪਿਆ ਨਾ ਕਲਰ, ਜਿਹੜਾ ਜਾਮਣੀ ਜਿਹਾ ਵੀ ਇਹ ਵੀ ਥੋੜ੍ਹਾ ਲਾਈਟ ਆ, ਜੇ ਤਾਂ ਦੋ ਤਿੰਨ ਵਾਰੀ ਹੋਰ ਕੋਟ ਕਰ ਦਈਏ ਨਾ ਤਾਂ ਡਾਰਕ ਜਾਮਣੀ ਬਣ ਜਾਣਾ ਇਹ, ਉਹ ਵੀ ਨਹੀਂ ਦਿਖੂਗਾ। ਪਰ ਸਾਨੂੰ ਰੰਗ ਇਹੀ ਪਸੰਦ ਆਇਆ ਸੀਗਾ ਫਿਰੋਜ਼ੀ ਜਿਹਾ, ਅਤੇ ਅਸੀਂ ਫਿਰੋਜ਼ੀ ਰੰਗ ਹੀ ਕਰਾਇਆ ਡੋਰ ਨੂੰ, ਕਿਉਂਕਿ ਮੈਂ ਕਹਿੰਦਾ ਸੀ ਕਿ ਡੋਰ ਦਿਖੇ ਨਾ ਕਿਸੇ ਨੂੰ, ਕਿਉਂਕਿ ਫਿਰ ਜਦੋਂ ਬੰਦਾ ਪੇਚਾ ਲੈਂਦਾ ਨਾ ਬੋਰਡ ਹੱਥਾਂ ਦੇ ਕੋਲ ਪਹੁੰਚ ਜਾਂਦਾ ਬੰਦਾ ਪੇਚਾ ਲੈਣ ਵੇਲੇ, ਅਤੇ ਕਾਫੀ ਦੇਰ ਬਾਅਦ 'ਚੋਂ ਪਹਿਲਾਂ ਅਸੀਂ ਸਤਾਉਂਦੇ ਰਹੇ ਕਿਸੇ ਟਾਈਮ ਪਹਿਲਾਂ ਵੀ, ਅਤੇ ਹੁਣ ਕਾਫੀ ਦੇਰ ਬਾਅਦ 'ਚੋਂ ਸਤਾਉਣ ਆਏ ਆ ਡੋਰ, ਅਤੇ ਆਹ ਦੇਖੋ ਹੁਣ ਦੁਬਾਰਾ ਅੰਕਲ ਜੀ ਫੇਰਦੇ ਪਏ ਆ। ਇਹਦੇ ਨਾਲ ਇਹ ਫਾਇਦਾ ਹੋਣਾ ਕਿ ਡੋਰ ਥੋੜ੍ਹੀ ਜਿਹੀ ਹੋਰ ਡਾਰਕ ਹੋ ਜੂਗੀ ਰੰਗ ਦੇ ਵਿੱਚ। ਬਾਕੀ ਡੋਰਾਂ ਤੁਸੀਂ ਦੇਖ ਲਓ, ਇੱਥੇ ਆ ਕੇ ਤੁਸੀਂ ਵੀ ਸਤਾ ਸਕਦੇ ਜੋ ਤੁਹਾਡਾ ਮਨ ਹੈਗਾ ਲੋਹੜੀ ਦੇ ਟਾਈਮ ਦੇ ਵਿੱਚ ਨਾ, ਹੈ ਨਾ। ਜੇ ਅੰਕਲ ਜੀ ਸੂਤ ਕੇ ਬਾਹਰ ਵੀ ਭੇਜਦੇ ਆ ਕਹਿੰਦੇ ਅਸੀਂ ਹੋਰ ਸ਼ਹਿਰਾਂ ਦੇ ਵਿੱਚ ਹੋਰ ਇਲਾਕਿਆਂ ਦੇ ਵਿੱਚ। ਡੋਰ ਨੂੰ ਥੋੜ੍ਹਾ ਜ਼ਿਆਦਾ ਟਾਈਮ ਲੱਗ ਰਿਹਾ ਸੀ, ਘੱਟੋ ਘੱਟ ਡੇਢ ਕੁ ਘੰਟਾ ਤਾਂ ਹੋ ਗਿਆ ਸਾਨੂੰ ਖੜ੍ਹਿਆਂ ਨੂੰ, ਰੰਗ ਲੱਗ ਗਿਆ ਡੋਰ ਨੂੰ, ਅਤੇ ਭੁੱਖ ਲੱਗੀ ਸੀ, ਆਪਾਂ ਕਿਹਾ ਕੁਲਚਾ ਖਾ ਲਈ। ਕੁਛ ਤਾਂ ਲੰਮੇ ਉਹ ਅੰਕਲ ਜੀ ਜਿਹੜੇ ਸਾਹਮਣੇ ਚੇਅਰ 'ਤੇ ਬੈਠੇ ਉਹਨਾਂ ਦੀ ਦੁਕਾਨ ਹੈ ਜੀ। ਇੱਧਰ ਆ ਡੋਰਾ ਸੂਟ ਦੇ ਪਏ ਹਨ, ਅਤੇ ਆ ਬੈਕ ਸਾਈਡ 'ਤੇ ਹੈਗਾ ਦ੍ਰੇਸੀ ਗਰਾਊਂਡ ਆਪਣਾ। ਦ੍ਰੇਸੀ ਗਰਾਊਂਡ ਦੇ ਵਿੱਚ ਹੀ ਇਹਨਾਂ ਦੀ ਦੁਕਾਨ ਜਿੱਥੇ ਆ ਰਾਵਣ ਬਣਾਉਂਦੇ ਹੁੰਦੇ ਲੁਧਿਆਣੇ ਸ਼ਹਿਰ ਦੇ ਵਿੱਚ ਨਾ। ਅਤੇ ਹੁਣ ਅਸੀਂ ਆਪਣੀ ਡੋਰ ਸੁਤਾਰੇ, ਅੰਕਲ ਜੀ ਇੱਥੇ ਮਾਂਝਾ ਤਿਆਰ ਕਰਦੇ ਪਏ ਨੇ ਆਪਣਾ, ਠੀਕ ਹੈ। 2 ਘੰਟੇ ਹੋ ਗਏ ਸਾਨੂੰ, ਅਤੇ ਹੁਣ ਸਾਡੀ ਡੋਰ ਦੀ ਵਾਰੀ ਆ। ਉਹ ਲੱਗੀ ਉੱਧਰਲੇ ਪਾਸੇ ਵਾਲੀ ਫਿਰੋਜ਼ੀ ਰੰਗ ਦੀ ਆ, ਉਹ ਉੱਪਰ ਦੀ ਹੈ ਨਾ, ਉਹ ਹੋ ਗਈ ਤਿਆਰ, ਫਿਰ ਦੱਸਾਂਗੇ। ਇੱਧਰ ਹੁਣ ਸਾਡੀ ਡੋਰ ਲਈ ਮਾਂਝਾ ਤਿਆਰ ਹੋ ਰਿਹਾ। ਆ ਜਿਹੜੀ ਮੋਹਰੇ ਡੱਬਾ ਜਿਹਾ ਪਿਆ ਇਹਦੇ ਵਿੱਚ ਕੱਚ ਆ, ਜਿਹੜਾ ਬੂਰਾ ਕੱਚ ਹੁੰਦਾ, ਅਤੇ ਨਾਲ ਜਿਹੜੀ ਪੇਸਟ 'ਚ ਪਈ ਆ ਉਹ ਹੈਗੀ ਆਰਾ ਰੋਡ ਦੀ ਪੇਸਟ ਆ, ਜਿਨ੍ਹਾਂ ਦੋਨਾਂ ਨੂੰ ਮਿਕਸ ਕਰਕੇ ਇਹ ਮਾਂਝਾ ਜਿਹਾ ਤਿਆਰ ਕਰ ਲੈਂਦੇ ਆ, ਫਿਰ ਉਹਨੂੰ ਕਰਦੇ ਆ ਅੱਗੇ ਡੋਰ ਦੇ ਵਿੱਚ ਕਿੱਦਾਂ ਕਰਦੇ ਆ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਦੇ ਵਿੱਚ, ਠੀਕ ਹੈ। ਆ ਦੇਖੋ ਇਹਨਾਂ ਨੇ ਮਾਂਝਾ ਤਿਆਰ ਕਰ ਲਿਆ ਆਪਣਾ ਚੰਗੀ ਤਰ੍ਹਾਂ, ਜਿੱਦਾਂ ਆਟੇ ਨੂੰ ਗੁੰਨਦੇ ਉੱਦਾਂ ਗੁੰਨ ਲੈਂਦੇ ਨੇ, ਠੀਕ ਹੈ ਨਾ, ਚੰਗੀ ਤਰ੍ਹਾਂ ਗੁੰਨ ਕੇ ਡਰਾਈ ਹੋ ਜਾਂਦਾ। ਫਿਰ ਉਹਨਾਂ ਦੇ ਕੋਲ ਇੱਕ ਇੱਕ ਡੋਰ ਨੂੰ ਸਿੰਗਲ ਨਾ ਹੱਥ 'ਤੇ ਇਹਨਾਂ ਨੇ ਡੋਰਾ ਘੁਮਾਈਆਂ ਹੋਈਆਂ ਪਹਿਲਾਂ ਹੀ, ਕਿ ਉਹ 'ਤੇ ਇੱਕ ਇੱਕ ਡੋਰ ਸੈੱਟ ਆ ਜਾਵੇ ਉਹਦੇ ਵਿੱਚ। ਅਤੇ ਇੱਕੋ ਵਾਰੀ ਪਹਿਲਾਂ ਉੱਪਰਲੇ ਪਾਸੇ ਨੂੰ ਸਾਰੀ ਡੋਰ ਨੂੰ ਸੂਤ ਲੈਣਗੇ, ਫਿਰ ਥੱਲੇ ਵਾਲੀਆਂ ਲਾਈਨਾਂ ਨੂੰ ਸੂਤ ਲੈਣਾ ਇਹਨਾਂ ਨੇ, ਦੇਖੋ ਇੱਕ ਇੱਕ ਕਰਕੇ, ਠੀਕ ਹੈ। ਸਾਰੀਆਂ ਉਂਗਲਾਂ 'ਤੇ ਇਹਨਾਂ ਨੇ ਵਿਛਾ ਲੈਣੀਆਂ ਲਾਈਨਾਂ ਜੀ, ਡੋਰ ਨੂੰ ਇੱਕ ਇੱਕ ਨਾ ਸਿੰਗਲ ਸਿੰਗਲ ਨੂੰ ਸੂਤ ਦਿਆਂ ਇਹਨਾਂ, ਫਿਰ ਆਪਸ ਦੇ ਵਿੱਚ ਜੋੜਦੇ ਨਹੀਂ ਹੈਗੀ ਡੋਰ, ਅਤੇ ਨਾਲੇ ਸਾਰੀਆਂ ਨੂੰ ਮਾਂਝਾ ਲੱਗ ਵੀ ਜਾਂਦਾ ਹੈ। ਦੇਖੋ ਕੰਮ ਪੂਰਾ ਮਿਹਨਤ ਵਾਲਾ ਹੈ, ਬੜਾ ਕੋਨਸਨਟ੍ਰੇਟ ਕਰਨਾ ਪੈਂਦਾ ਬੰਦੇ ਨੂੰ, ਮੈਂ ਦੇਖਿਆ ਕੰਮ ਕਰਨ ਲਈ। ਹੁਣ ਇਹਨਾਂ ਨੇ ਜਿਹੜਾ ਪੇਸਟ ਆ ਵਿੱਚ ਡੋਰਦੇ ਆ ਫਸਾ ਲੈਣਾ ਚੰਗੀ ਤਰ੍ਹਾਂ, ਸੈੱਟ ਕਰਕੇ ਚੰਗੀ ਤਰ੍ਹਾਂ ਕੱਸ ਕੇ ਇਹਨੂੰ, ਫਿਰ ਇਹਨਾਂ ਨੇ ਫੇਰਨਾ ਸ਼ੁਰੂ ਕਰ ਦੇਣਾ ਡੋਰ 'ਤੇ। ਫੇਰਦੇ ਉਹਨਾਂ ਨੇ ਅੱਗੇ ਪਿੱਛੇ ਹੱਥ ਜਿੱਦਾਂ ਕਰਨਾ ਨਾ ਕਰਕੇ ਸੈੱਟ ਕਰ ਲੈਣਾ ਸਾਰਾ। ਦੇਖੋ ਸੈਂਟਰ ਤੋਂ ਸਟਾਰਟ ਹੋ ਰਿਹਾ, ਬੜੇ ਵਧੀਆ ਤਰੀਕੇ ਨਾਲ ਕਰਦੇ ਆ। ਦੇਖੋ ਇੱਕ ਤਾਂ ਦੇਖਣ ਦਾ ਵੀ ਬੜਾ ਮਜ਼ਾ ਆਉਂਦਾ, ਹਾਂ ਕਿੰਨਾ ਵਧੀਆ ਕੰਮ ਹੋ ਰਿਹਾ ਨਾ ਸਿੰਗਲ ਸਿੰਗਲ। ਅਤੇ ਇੱਧਰ ਅੰਕਲ ਜੀ ਲਪੇਟਦੇ ਪਏ ਨੇ, ਇਹ ਬੜਾ ਮਤਲਬ ਜਿਹੜੇ ਬੰਦੇ ਨੇ ਕੀਤਾ ਕੰਮ ਉਹ ਜ਼ਿਆਦਾ ਵਧੀਆ ਕਰ ਸਕਦਾ ਹੈ, ਮਿਹਨਤ ਹੈ ਇਹ, ਮਿਹਨਤ ਆ ਅਤੇ ਪ੍ਰੈਕਟਿਸ ਆ। ਅਤੇ ਹੁਣ ਦੇਖੋ ਕਿੱਦਾਂ ਡੋਰ ਸੂਤ ਹੋ ਰਹੀ ਨਾ, ਵੈਸੇ ਟੈਸਟ ਕਰਾਂਗੇ ਇਹਨੂੰ ਡੋਰ ਨੂੰ, ਬੜੀ ਵਧੀਆ ਵਧੀਆ ਹੀ ਨਿਕਲੂਗੀ। ਵੈਸੇ ਇਹਨਾਂ ਨੇ ਕਿਹਾ ਸੀ ਤੇਜ਼ ਲੱਗੂਗੀ, ਕੋਈ ਗੱਲ ਨਹੀਂ ਹੈਗੀ, ਕਹਿੰਦੇ ਬੈਠੇ ਹਾਂ ਅਸੀਂ, ਜੇ ਕੋਈ ਪ੍ਰੋਬਲਮ ਹੋਈ ਤਾਂ ਸਾਨੂੰ ਆ ਕੇ ਦੱਸੋ। ਬਾਕੀ ਕਹਿੰਦੇ ਸਾਡਾ ਤਾਂ ਰੋਜ਼ ਦਾ ਕੰਮ ਹੈ ਇਹਨਾਂ ਦਾ। ਅਤੇ ਇਹਨਾਂ ਨੇ ਇੱਦਾਂ ਹੀ ਡੋਰ ਨੂੰ ਸੂਤ ਦੇ ਅੱਗੇ ਤੱਕ ਜਾਣਾ ਹੈ, ਮਾਂਝਾ ਲੱਗੀ ਜਾਣਾ ਡੋਰ ਨੂੰ, ਅਤੇ ਐਨ ਚੰਗੀ ਤਰ੍ਹਾਂ ਸੈੱਟ ਹੋ ਜਾਣੀ ਹੈ। ਅਤੇ ਲਗਭਗ ਆਪਣੀ ਅੱਧੀ ਡੋਰ ਹੋ ਗਈ ਹੋਈ ਸੀਗੀ, ਅਤੇ ਮੈਂ ਕਿਹਾ ਜ਼ਿਆਦਾ ਲੰਬੀ ਨਾ ਖਿੱਚੀ ਹੋਇਆ ਸੀ ਵੀਡੀਓ ਨੂੰ, ਇਸ ਲਈ ਮੈਂ ਕੱਟ ਕੱਟ ਕੇ ਵੀਡੀਓ ਥੋੜ੍ਹੀ ਜਿਹੀ ਪੋਸਟ ਕਰ ਰਿਹਾ। ਅਤੇ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਣਾ ਜਦੋਂ ਪੂਰੀ ਸੂਤ ਹੋ ਗਈ ਕਿੱਦਾਂ ਇਹਨਾਂ ਨੇ ਲਪੇਟਣੀ ਹੈ ਅਤੇ ਕਿੱਦਾਂ ਕੰਪਲੀਟ ਕਰਨੀ ਉਹ ਵੀ ਦੱਸਾਂਗੇ ਤੁਹਾਨੂੰ। ਆ ਦੇਖੋ ਆਪਣੀ ਡੋਰ ਲਗਭਗ ਕੰਪਲੀਟ ਹੋ ਗਈ ਹੋਈ ਹੈ, ਅਤੇ ਇਸ ਤੋਂ ਬਾਅਦ 'ਚ ਅੰਕਲ ਜੀ ਨੇ ਇੱਧਰੋਂ ਇੱਕ ਲੇਅਰ ਫੜਨੀ ਆ ਅਤੇ ਲਪੇਟਣੀ ਸ਼ੁਰੂ ਕਰਨੀ ਆ ਫਿਰ।
ਕਿਉਂਕਿ ਆਪਾਂ ਨੇ ਕਿਹਾ ਸੀ ਕਿ ਸਾਨੂੰ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਵੈਸੇ ਖੜ੍ਹਿਆਂ ਨੂੰ, ਅਤੇ ਇਹਨਾਂ ਨੇ ਡੋਰ ਕੱਢ ਲਈ ਆ, ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਇਹਨੂੰ। ਆਲੋ ਜੀ ਆਪਣੀ ਡੋਰ ਤਿਆਰ ਆ, ਅਤੇ ਹੁਣ ਇੱਧਰੋਂ ਅੰਕਲ ਜੀ ਨੇ ਇੱਧਰ ਆ ਸਾਡੀ ਆਪਣੀ 'ਚ ਰੱਖੜੀ ਲਿਆਂਦੀ ਹੋਈ ਹੈ, ਕਾਫੀ ਟਾਈਮ ਦੀ ਪਈ ਸੀ ਲੱਕੜ ਦੀ 'ਚ ਰੱਖੜੀ। ਇਹਨਾਂ ਨੇ ਇੱਧਰੋਂ ਖੋਲ੍ਹਣੀ ਆ ਡੋਰ ਅਤੇ ਲਪੇਟਣੀ ਸ਼ੁਰੂ ਕਰ ਦੇਣੀ ਹੈ। ਦੇਖੋ ਦੇਖੋ ਇਹਨਾਂ ਨੇ ਹੱਥ ਨਾਲ ਹੀ ਸਾਰੀ ਲਪੇਟ ਦੇਣੀ, ਦਿਨ 'ਚ ਪਤਾ ਨਹੀਂ ਕਿੰਨੀਆਂ 'ਚ ਰੱਖੜੀਆਂ ਲਪੇਟਦੇ ਆ, ਅਸੀਂ ਤਾਂ ਥੋੜ੍ਹੀ ਲਪੇਟੀਏ ਸਾਡੀ ਬੱਸ ਹੋ ਜਾਂਦੀ ਹੈ ਵੈਸੇ। ਇਹਨਾਂ ਦੇਖੋ ਦੋ ਨੜੇ ਲਪੇਟ ਦੇਣੇ ਇੱਦਾਂ ਹੀ, 5-7 ਮਿੰਟਾਂ 'ਚ ਹੀ ਲਪੇਟ ਦੇਣੇ ਇਹਨਾਂ ਨੇ। ਦੇਖੋ ਬਸ ਕਰਤੇ ਸ਼ੁਰੂ, ਇਹਨਾਂ ਨੇ ਲਪੇਟ 'ਤੇ ਉੱਧਰ ਨੂੰ ਜਾਣਾ, ਲਪੇਟ 'ਤੇ ਇੱਧਰ ਨੂੰ ਜਾਣਾ। ਨਾਲ ਹੀ ਇਹਨਾਂ ਨੇ ਕੀ ਕਹਿੰਦਾ, ਜਿਹੜੀਆਂ ਨੁੱਕਰ ਹੁੰਦੇ ਆ ਨਾ, ਨੁੱਕਰਾਂ ਹੁੰਦੀਆਂ ਅਖੀਰ 'ਤੇ ਤੁਹਾਨੂੰ ਉੱਧਰਲੇ ਪਾਸੇ ਜਾਊਂਗਾ ਫਿਰ ਦਿਖਾਊਂਗਾ, ਕਿਉਂਕਿ ਸਾਡਾ ਥੋੜ੍ਹੀ ਇਹ ਰਹਿਣ ਦੀ ਇਹਨਾਂ ਨੇ ਮਾਂਝਾ ਲਾਉਣ ਲਈ, ਉਹ ਇਹਨਾਂ ਨੇ ਲਪੇਟ ਦਰ ਲਪੇਟ ਦੇ ਨਾਲ ਲਾ ਲੈਣਾ। ਇਹਨਾਂ ਨੇ ਨਾ ਹੱਥ 'ਚ ਇੱਕ ਪੇਸਟ ਜਿਹਾ ਫੜਿਆ ਹੁੰਦਾ, ਛੋਟਾ ਜਿਹਾ ਹੱਥ 'ਚ ਪੇਪ ਫੜਿਆ ਹੁੰਦਾ ਇਹਨਾਂ ਨੇ। ਹੁਣ ਦੇਖੋ ਜਿੱਦਾਂ ਉਹ ਦੇਖੋ ਨਾ, ਇੱਕ ਕੱਚ ਦੀ ਬੋਤਲ ਦਾ ਢੱਕਣ ਫੜਿਆ ਅਤੇ ਦੂਜਾ ਮੂੰਹ ਰਿਹਾ ਹੱਥ 'ਚ ਇਹਨਾਂ ਨੇ, ਛੋਟਾ ਜਿਹਾ ਜਿੱਦਾਂ ਆਟਾ ਛੋਟਾ ਜਿਹਾ ਗੁੰਨ ਕੇ ਹੱਥ 'ਚ ਫੜਿਆ ਉਹਨਾਂ ਨੇ ਉਹਦਾ ਹੀ ਕੱਚ ਦਾ, ਅਤੇ ਨਾਲ ਨਾਲ ਉੱਥੇ ਫੜੀ ਜਾਂਦਾ ਜਿਹੜੀ ਨੁੱਕੜ ਜੀ ਹੁੰਦੀ ਆ। ਨੁੱਕੜ ਜੀ 'ਤੇ ਲੱਗਦਾ ਨਹੀਂ ਨਾ ਹੁੰਦਾ, ਆ ਜਿਹੜੀ ਆ ਜਗ੍ਹਾ ਇੱਥੇ ਲੱਗਦਾ ਨਹੀਂ ਹੁੰਦਾ, ਅਤੇ ਇੱਥੇ ਉਹਨਾਂ ਨੇ ਜਦੋਂ ਲਪੇਟਦੇ ਆ ਇੱਧਰਲੇ ਪਾਸੇ ਆ ਕੇ ਇੱਧਰ ਲਾ ਦੇਣੀ, ਉੱਧਰਲੇ ਪਾਸੇ ਲਪੇਟਦੇ ਨਾਲ ਲਾਈ ਜਾਣਾ ਮਾਂਝਾ। ਇੱਦਾਂ ਇਹਨਾਂ ਨੇ ਹੱਥ ਨਾਲ ਸਾਰੀ ਲਪੇਟ ਦੇਣੀ ਆ ਨਾਲ 'ਚ ਰੱਖੜੀ। ਬਾਕੀ ਵਧੀਆ, ਤੁਸੀਂ ਆਓ ਇੱਕ ਵਾਰੀ ਟੈਸਟ ਕਰੋ, ਵਧੀਆ ਲੱਗਦੀ ਤਾਂ ਜ਼ਰੂਰ ਲਓ, ਕਿਉਂਕਿ ਆਪਾਂ ਤਾਂ ਇਸ ਵਾਰ ਦੂਜੀ ਡੋਰ ਨਾਲ ਨਹੀਂ ਵਧਾਵਾਂਗੇ, ਅਸੀਂ ਇੰਨਾ ਹੀ ਵਧਾਵਾਂਗੇ ਅਤੇ ਦੇਖਦੇ ਹਾਂ ਕੀ ਬਣਦਾ। ਬਾਕੀ ਵਧੀਆ ਤਾਂ ਸੀਗੀ ਡੋਰ, ਅਤੇ ਚਲੋ ਦੇਖੋ ਆਪਣੀ ਡੋਰ ਲਗਭਗ ਲਪੇਟ ਹੋ ਚੁੱਕੀ ਆ, ਅਤੇ ਬਸ ਥੋੜ੍ਹੀ ਜਿਹੀ ਰਹਿ ਗਈ ਆ। ਇਸ ਤੋਂ ਬਾਅਦ 'ਚੋਂ ਅਸੀਂ ਫਿਰ ਜਦ ਲੈ ਕੇ ਜਾਵਾਂਗੇ ਇਹਨੂੰ, ਅਤੇ ਜਦੋਂ ਇਹਦੀ ਟੈਸਟ ਕਰਾਂਗੇ ਉਹ ਵੀ ਵੀਡੀਓ ਅਸੀਂ ਪੋਸਟ ਕਰ ਦੇਵਾਂਗੇ ਟਾਈਮ ਟੂ ਟਾਈਮ। ਠੀਕ ਆ, ਬਸ ਥੋੜ੍ਹੀ ਜਿਹੀ ਰਹਿ ਗਈ, 2-4 ਤਣੇ ਰਹਿ ਗਏ ਆਪਣੇ, ਉਹ ਤੋਂ ਬਾਅਦ 'ਚੋਂ ਚੱਲਦੇ ਹਾਂ ਆਪਾਂ, ਦਿਖਾਉਂਦੇ ਹਾਂ ਤੁਹਾਨੂੰ। ਬਸ ਲਪੇਟ ਹੋ ਗਈ ਆਪਣੀ 'ਚ ਰੱਖਣੀ, ਆਹ ਲਾਸਟ ਰਹਿ ਗਈ ਆ। ਠੀਕ ਹੈ, ਕੰਪਲੀਟ ਆਪਣੀ ਡੋਰ। ਇਸ ਤੋਂ ਬਾਅਦ 'ਚੋਂ ਦੋ ਨੜੇ ਇਹਨਾਂ ਨੇ ਮੈਂ ਦੇਖਿਆ ਬੜੀ ਛੇਤੀ ਲਪੇਟਦੇ ਇਹਨਾਂ ਨੇ। ਦੇਖਿਓ ਜੀ ਰੱਖੜੀ ਆਪਣੀ ਚੰਗੀ ਤਰ੍ਹਾਂ ਭਰੀ ਹੋਣੀ ਆ, ਥੋੜ੍ਹੀ ਜਿਹੀ ਰਹਿ ਗਈ ਹੋਣੀ ਆ, ਕਿਉਂਕਿ ਹੱਥ ਦੀ ਲਿਪਟਾਈ ਥੋੜ੍ਹੀ ਜਿਹੀ ਢਿੱਲੀ ਜ਼ਰੂਰ ਰਹਿੰਦੀ ਆ, ਪਰ ਇਹ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ, ਇੰਨੀ ਕੁ ਟਾਈਟ ਜੀ ਵੀ ਹੁੰਦੀ ਆ ਥੋੜ੍ਹੀ ਜਿਹੀ, ਇੰਨੀ ਵੀ ਢਿੱਲੀ ਨਹੀਂ ਹੁੰਦੀ, ਬਟ ਮਸ਼ੀਨ ਦੇ ਮੁਕਾਬਲੇ ਥੋੜ੍ਹੀ ਜਿਹੀ ਢਿੱਲੀ ਹੁੰਦੀ ਆ। ਆਹ ਲਓ ਜੀ ਆਪਣੀ ਡੋਰ ਲਪੇਟ ਹੋ ਗਈ ਆ ਮਿੱਤਰੋ, ਅਤੇ ਤਿਆਰ ਹੈ ਜੀ। ਠੀਕ ਹੈ ਜੀ, ਡੋਰ ਰੈਡੀ ਆ ਸਾਡੀ, ਹੁਣ ਜਿੱਦਣ ਅਸੀਂ ਟੈਸਟ ਕਰਾਂਗੇ ਬਾਕੀ ਵੀਡੀਓ ਉਸ ਦਿਨ ਪਾਵਾਂਗੇ। ਬਸ ਅੱਜ ਤਾਂ ਅਸੀਂ ਡੋਰ ਸੁਤਵਾਉਣੀ ਸੀਗੀ, ਅਤੇ ਤੁਹਾਨੂੰ ਪਤਾ ਹੀ ਆ ਦ੍ਰਿਸ਼ ਗਰਾਊਂਡ ਦੇ ਵਿੱਚ ਇੱਕੋ ਦੁਕਾਨ ਖੁੱਲ੍ਹੀ ਹੁੰਦੀ ਹੈ ਇੱਥੇ, ਦੁਕਾਨ ਵਾਲੇ ਇੱਕ, ਅਤੇ ਇੱਥੇ ਸਾਹਮਣੇ ਸੂਤ ਰਿਹਾ ਡੋਰਾਂ, ਆਹ ਮੇਨ ਗੇਟ ਆ ਦ੍ਰਿਸ਼ ਗਰਾਊਂਡ ਦਾ, ਇੱਥੋਂ ਐਂਟਰ ਹੁੰਦੇ ਹਾਂ ਅਸੀਂ। ਠੀਕ ਆ, ਸਾਹਮਣੇ ਮੰਦਰ ਬਣਿਆ ਇੱਥੇ। ਓਕੇ ਚਲੋ ਜੀ, ਮਿਲਦੇ ਹਾਂ ਹੁਣ ਨੈਕਸਟ ਵੀਡੀਓ ਦੇ ਵਿੱਚ, ਜਿਹਦੇ 'ਚ ਅਸੀਂ ਤੁਹਾਨੂੰ ਟੈਸਟਿੰਗ ਕਰਕੇ ਦਿਖਾਵਾਂਗੇ, ਅਤੇ ਚਲੋ ਠੀਕ ਆ, ਓਕੇ।